ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਇਹ ਵੀਡੀਓ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਦੋਂ ਕਸਟਮ ਅਧਿਕਾਰੀਆਂ ਨੇ ਸੀਲਡ ਮੋਬਾਈਲ ਫੋਨ ਖੋਲੇ ਤਾਂ ਉਹਨਾਂ ਵਿੱਚੋਂ ਪਾਊਡਰ ਨਿਕਲਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀ ਹੈ। ਇਹ ਵੀਡੀਓ ਕਦੋਂ ਤੇ ਕਿੱਥੋਂ ਦੀ ਹੈ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ, ਪਰ ਵੀਡੀਓ 'ਚ ਦੁਬਈ ਹਵਾਈ ਅੱਡੇ ਉੱਪਰ ਇੱਕ ਯਾਤਰੀ ਕੋਲੋਂ ਦੋ ਸੀਲਡ ਮੋਬਾਈਲ ਫੋਨ ਫੜੇ ਗਏ ਜੋ ਉਸਦੇ ਇੱਕ ਦੋਸਤ ਨੇ ਉਸਨੂੰ ਆਪਣੇ ਪਰਿਵਾਰ ਨੂੰ ਪਹੁੰਚਾਉਣ ਲਈ ਦਿੱਤੇ ਸਨ। ਅਧਿਕਾਰੀਆਂ ਵੱਲੋਂ ਖੋਲ੍ਹਣ ਤੇ ਉਹਨਾਂ ਵਿੱਚੋਂ ਜੋ ਨਿਕਲਿਆ ਉਸ ਨਾਲ ਉਸ ਯਾਤਰੀ ਨੂੰ ਮੌਤ ਦੀ ਸਜ਼ਾ ਮਿਲੀ। ਇਸ ਵੀਡੀਓ ਨੂੰ ਦੇਖ ਕੇ ਇੱਕ ਵਾਰ ਜ਼ਰੂਰ ਸੋਚਿਓ ਕਿ ਅਗਲੀ ਵਾਰ ਇਹ ਹਾਦਸਾ ਤੁਹਾਡੇ ਨਾਲ ਵੀ ਵਾਪਰ ਸਕਦਾ ਹੈ। How much is this one? Nobody touch any bag, okay? Come here, come up this one. ਸਾਂਝ ਟੀਵੀ ਲਈ ਜਤਿੰਦਰਪਾਲ ਸਿੰਘ ਕਲੇਟੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ ਟੀਵੀ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।